ਮਦਾਨ ਸਭਾ ਹਲਕਾ ਜੀਰਾ ਦੇ ਵਿਧਾਇਕ ਸ਼੍ਰੀ ਨਰੇਸ਼ ਕੁਟਾਰੀਆ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਪਿੰਡ ਸੋਢੀ ਵਾਲੇ ਦੇ ਪਿੰਡ ਦੇ ਵਿਕਾਸ ਕੰਮਾਂ ਦਾ ਟੱਕ ਲਾ ਕੇ ਇਹਨਾਂ ਨੇ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਐਮਐਲਏ ਨਰੇਸ਼ ਕੁਟਾਰੀਆ ਨੇ ਇਕਬਾਲ ਸਿੰਘ ਜਰਨਲ ਸਕੱਤਰ ਫੋਈਪੁਰ ਦੀ ਅਹਿਮਾਈ ਦੇ ਹੇਠ ਤੇ ਪਿੰਡ ਦੇ ਪਤਵੰਤੇ ਸੱਜਣ ਰਣਜੀਤ ਸਿੰਘ ਢਿੱਲੋਂ ਸਿਨੇ ਆਗੂ ਬਜਿੰਦਰ ਸਿੰਘ ਢਿੱਲੋਂ ਬੂਥਨ ਚਾਰਜ ਦਰਸ਼ਨ ਸਿੰਘ ਢਿੱਲੋਂ ਜਗਰਾਜ ਸਿੰਘ ਸੰਘੇੜਾ ਮਨਜੀਤ ਸਿੰਘ ਕੰਬੋਜ ਬਿਆਨ ਸਿੰਘ ਬਲਦੇਵ ਸਿੰਘ ਬਰਾੜ ਜਗਦੀਪ ਸਿੰਘ ਸਰਪੰਚ ਸੁਖਵਿੰਦਰ ਸਿੰਘ ਚਾਹਾਨ ਜਸਪਾਲ ਸਿੰਘ ਕੰਬੋਜ ਅਵਤਾਰ ਸਿੰਘ ਜਸਵੰਤ ਸਿੰਘ ਪੁੱਲਰ ਮਿੱਟੂ ਪੁੱਲਰ ਗੁਰਦਾਸ ਸਿੰਘ ਨੰਬਰਦਾਰ ਸੁਖਚਾਨ ਸਿੰਘ ਰੀਤ ਸਿੰਘ ਅਤੇ ਸਮੂਹ ਨਗਰ ਵਾਸੀ ਪਿੰਡ ਦੇ ਇਸ ਮੌਕੇ ਪਤਵੰਤੇ ਜਿਹੜੇ ਉਹ ਹਾਜ਼ਰ ਸਨ